फाड़ दिया आपने। मैंने मुझे जो लगा मैंने किया, मैं इसलिए ऐसा किया है कि मर गए तक पीटीए का पौधा क्या है। ਸਟੇਜ ਡਰਾਮਿਆਂ ਵਿੱਚ ਇੰਤਹਾਈ ਬੇਹੂਦਾ ਜੁਗਤਾ ਪਾਰੋਂ ਮਸ਼ਹੂਰ ਅਦਾਕਾਰ ਤੇ ਨਵਾਜ਼ ਲੀਗ ਦੇ ਕਲਚਰਲ ਵਿੰਗ ਪੰਜਾਬ ਦੇ ਪ੍ਰਧਾਨ ਤਾਹਰ ਅੰਜਮ ਨੂੰ ਜਿਸ ਕਪੱਤੀ ਜ਼ਨਾਨੀ ਕੁੱਟਿਆ ਸੀ ਉਹ ਨੀਲੀ ਪਰੀ ਫੜੀ ਤਾਂ ਗਈ ਏ, ਪਰ ਨਵਾਂ ਕੱਟਾ ਉਦੋਂ ਖੁੱਲ ਗਿਆ ਜਦ ਤਾਹਰ ਅੰਜਮ ਇਹ ਗੱਲ ਆਖ ਸੁਣਾਈ ਕਿ ਮੈਂ ਨੀਲੀ ਪਰੀ ਉੱਤੇ ਪਰਚਾ ਨਹੀਂ ਕਟਾਉਣਾ ਬਲਕਿ ਇਮਰਾਨ ਖਾਨ ਦੇ ਗਾਟੇ ਇੱਕ ਹੋਰ FIR ਫਿੱਟ ਕਰਵਾਉਣੀ ਏ। ਮਤਲਬ ਇਹ ਕਿ ਸਾਰਾ ਖੇਡ ਹੀ ਮਸ਼ਕੂਕ। ਇਹ ਗੱਲ ਉਦੋਂ ਵੀ ਆਖੀ ਜਾ ਰਹੀ ਸੀ ਜਦ ਤਾਹਰ ਅੰਜਮ ਨੂੰ ਨੀਲੀ ਪਰੀ ਹੋਇਆ ਕਟਾਪਾ ਚਾੜਿਆ ਸੀ ਕਿ ਮਾਮਲੇ ਦੀ ਦਾਲ ਵਿੱਚ ਕੁਝ ਕਾਲਾ ਜ਼ਰੂਰ ਹੈ। ਫਿਰ ਤਹਿਰੀਕ ਇਨਸਾਫ ਵਾਲਿਆਂ ਆਖਿਆ ਕਿ ਹੋਈ ਤੇ ਚੰਗੀ ਹੈ ਪਰ ਨੀਲੀ ਪਰੀ ਦਾ ਉਹਨਾਂ ਨਾਲ ਕੋਈ ਤਾਲੁਕ ਨਹੀਂ। ਮਾੜੀ ਮਾੜੀ ਨਿੰਦਿਆ ਵੀ ਕੀਤੀ ਗਈ ਇਸ ਵਾਕਿਆ ਨੂੰ ਬੁਨਿਆਦ ਬਣਾ ਕੇ ਇਮਰਾਨ ਖਾਨ ਦੀ ਜਮਾਤ ਦੀ ਤਰਬੀਅਤ ਉੱਤੇ ਵੀ ਟਿਚਕਰਾਂ ਹੋਈਆਂ, ਪਰ ਗੱਲ ਉਦੋਂ ਰੁੱਖ ਬਦਲ ਗਈ ਜਦੋਂ ਨੀਲੀ ਪਰੀ ਦੇ ਫੜੇ ਜਾਣ ਮਗਰੋਂ ਤਹਿਰੀਕ ਇਨਸਾਫ਼ ਤੇ ਸਖ਼ਤ ਸਜ਼ਾ ਦਾ ਮੁਤਾਲਬਾ ਕਰ ਰਹੀ ਹੈ, ਪਰ ਨੂਨ ਲੀਗ ਦਾ ਜੋਸ਼ ਮੱਠਾ ਪੈ ਗਿਆ। ਹੁਣ ਜਦ ਨੀਲੀ ਪਰੀ ਹੋ ਰਹੀ ਪੁਲਿਸ ਦੇ ਜਿੰਨਾ ਕੋਲ ਨੇ ਜਿਹੜੇ ਬੰਦੇ ਕੋਲੋਂ ਕੁਝ ਵੀ ਮਨਾ ਲੈਂਦੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਨੀਲੀ ਪਰੀ ਵਾਲੇ ਇਸ ਵਾਕਿਏ ਦੀ ਪੂਰੀ ਪੂਰੀ ਤਫਤੀਸ਼ ਦੇ ਨਾਲ ਨਾਲ ਏਡਾ ਤਗੜਾ ਪਰਚਾ ਦਿੱਤਾ ਜਾਵੇ ਕਿ ਆਇੰਦਾ ਕਿਸੇ ਨੂੰ ਵੀ ਇੰਜ ਦੀ ਹਰਕਤ ਦਾ ਹੌਸਲਾ ਨਾ ਹੋਵੇ। ਤੇ ਜੇਕਰ ਇਸ ਖੇਡ ਵਿੱਚ ਤਾਹਰ ਅੰਜਮ ਹੋਰੀ ਆਪ ਵੀ ਸ਼ਾਮਲ ਨੇ ਤੇ ਨੀਲੀ ਪਰੀ ਪਹਿਲਾਂ ਤੋਂ ਹੀ ਉਹਨਾਂ ਦੇ ਰਾਬਤੇ ਵਿੱਚ ਸਨ ਤੇ ਫਿਰ ਉਹਨਾਂ ਨੂੰ ਵੀ ਸੂਤਰ ਕਰਨ ਲਈ ਸਜ਼ਾ ਜ਼ਰੂਰ ਦਿੱਤੀ ਜਾਵੇ ਤਾਂ ਜੇ ਇਹ ਤਮਾਸ਼ੇ ਬੰਦ ਨਾ ਸਹੀ ਘੱਟ ਜ਼ਰੂਰ ਹੋ ਜਾਵਣ।